پرنسپل محمد مصطفی تیرے نال وعدہ پیا کردا یا علی صرف حلالی تیرے نال محبت رکھن گے یا علی حرامی ماں دا پتر صرف تیرے نال نفرت کرے گا کیا بات ہے یو یا علی تیرے نال وعدہ پیا کردا جیڑا تیرا منکر ہوے گا دن تیرا کس کم آدے سام سلا قبر اندھیری دے وچ آسن یاد انہاں میری بات اوتھے متھے نہیں میں لانا پکا دوزخ ٹھکانا اوتھے متھے نہیں میں لانا پکا دوزخ ٹھکانا مینوں من کے جو تیرا انکار کر
करेगा मेरी मन के जो तेरे नाल प्यार कुल्ले मां नाराय हैदरी फरमान इस गल अगर मुसलमान मन वेंदे जिवें अल्लाह ते मोहम्मद चांदा वत पंज लख बदमाश दे मजमे दे विच इन करके न टुरिया अली दीदी मैं दारैन कुर्बान करा ਦੀਆਂ ਲਾਸ਼ਾਂ ਚਾ ਚਾ ਕੇ ਥੱਕਾ ਆ ਹੁਸੈਨ ਬਿਰਾਵਾਂ ਦੀਆਂ ਲਾਸ਼ਾਂ ਚਾ ਚਾ ਕੇ ਥੱਕਾ ਆ ਹੁਸੈਨ ਦਸ ਮੁਹਰਮ ਲੜੀਏ ਮੱਥੇ ਤੇ ਤੀਰ ਲਗਾਇਆ ਏ ਇੱਕ ਹੱਥ ਮੱਥੇ ਤੇ ਰੱਖਿਆ ਏ ਖੂਨ ਨਹੀਂ ਪਿਆ ਰੁਕਦਾ ਟੁਰਦਾ ਟੁਰਦਾ ਬਹਿਣ ਜ਼ੈਨਾ ਬਿਆਲੀਆ ਦੇ ਖੇਮੇ ਵਾਲੇ ਪਾਸੇ ਟੁਰਿਆ ਕਨਾ ਦੇ ਪਿਛਲੇ ਪਾਸੇ ਆ ਕੇ ਰੁਕ ਗਿਆ ਅਕਬਰ ਦਾ ਬਾਬਾ ਦੋਵੇਂ ਹੱਥ ਮੱਥੇ ਤੇ ਰੱਖ ਗਿਆ ਦੇ ਅਸਲਾਮ ਅਲੈਕਿਆ ਜ਼ੈਨਾ ਬੋ ਵਈਆ ਉਮਾ ਕਲਸੋ ਮਿਨ ਵਈਆ ਸਕੀਨਾ ਤੁਲੇ ਕੁਨਾ ਮਿੰਨੀ ਸਲਾਮ ਹੁਣ ਅੱਲਾ ਦੇ ਹਵਾਲੇ ਬੀਬੀਆਂ ਦੇ ਦਰਵਾਜ਼ੇ ਤੂੰ ਕਿਉਂ ਨਹੀਂ ਆਉਣਾ ਚਾਹੁੰਦਾ ਸੈਯਦਾ ਦੇ ਮੇਰੇ ਮੱਥੇ ਤੇ ਤੀਰ ਲਗਾਇਆ ਏ ਤੂੰ ਭੇੜੇ ਬਰਦਾਸ਼ਤ ਕਰ ਲੈ ਸੈ ਮੇਰੀ ਨਿੱਕੀ ਜਿਹੀ ਧੀ ਸਕੀਨਾ ਮੇਰੀ ਸੈਣ ਦੇ ਪਾਸੇ ਲੈ ਕੇ ਆ ਦੀਏ ਅੰਮਾ ਇੱਕ ਲਾਜ਼ਾ ਮੈਂ ਆਪਣੇ ਹੱਥਾਂ ਤੇ ਦਰਾਜ਼ ਕਰ ਮੈਂ ਬਾਬੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਆ ਜਿਹੜੇ ਵੇਲੇ ਮੇਰੀ ਸੈਣ ਜ਼ੈਨਬ ਆਲੀਆ ਜਨਾਬੇ ਸਕੀਨਾ ਨੂੰ ਚਾਹ ਆਇਆ ਕੰਨਾਂ ਤੇ ਬਾਰ ਮੂੰਹ ਕਰਕੇ ਆ ਦੀਏ ਬਾਬਾ ਭੁੱਲ ਨਹੀਂ ਬਾਬਾ ਮੈਂ ਤੇ ਜੇ ਸਾਬਿਰ ਹੁਸੈਨ ਦੀ ਧੀਆ ਮਿੰਨਤ ਲਾ ਦਰਵਾਜ਼ੇ ਤੋਂ ਆ ਮੇਰੇ ਇਮਾਮ ਦਰਵਾਜ਼ੇ ਤੋਂ ਆਏ ਇਨਮਾ ਯੁਰੀਦੁੱਲਾ ਦੀ ਤਲਾਵਤ ਸ਼ੁਰੂ ਕੀਤੀ ਏ ਅੰਦਰੋਂ ਜ਼ੈਨਬ ਜਿਹੀ ਭੈਣ ਬਾਹਰੋਂ ਹੁਸੈਨ ਜਿਹਾ ਫਿਰਾ ਭੈਣ ਦੇ ਪਾਸੇ ਡੇ ਕੇ ਆਉਂਦਾ ਏ ਮੈਂ ਸਾਰੀ ਫੌਜ ਮਰਾ ਬੈਠਾ ਪਏ ਚੱਲ ਦੇ ਨੀ ਤੀਰ ਜਫਾ ਦੇ ਸੈਯਦਾ ਦੇ ਹੁਣ ਮੈਂ ਟੁਰਨਾ ਏ ਮੈਨੂੰ ਕੌਣ ਟੋਰੇ ਛਲ ਜਿਗਰ ਗੁਨਾਮ ਖੁਦਾ ਸੈਯਦਾ ਦੇ ਤੈ ਕੋ ਸਮਝ ਕੇ ਫਾਤਿਮਾ ਕਰ ਬਲਦੀ ਤੇ ਖੜਾ ਮੰਗਦਾ ਨਿਮਦਾਦੇ ਸੈਯਦਾ ਦੇ ਮੇਰਾ ਹੱਥ ਨੱਪ ਕੇ ਅੱਜ ਮਾਂ ਬਣ ਕੇ ਤੂੰ ਡਰਦਾ ਹੀ ਨਾ ਹਰ ਜਗ੍ਹਾ ਹਰ ਬੰਦਾ ਇਹਨਾਂ ਸਤਰਾਂ ਤੇ ਆ ਕੇ ਨਹੀਂ ਰੋਂਦਾ ਜਿੱਥੇ ਤੁਸੀਂ ਪੁਰਸਾ ਦਿੱਤੇ ਪਾਕ ਮੌਲਾ ਦੀ ਸ਼ਹਾਦਤ ਦਾ ਇੱਕ ਜੁਮਲਾ ਮੈਂ ਪੜਾਂਗਾ ਤੇ ਇੱਕ ਬੈਠ ਕਰਾਂਗਾ ਮੈਂ ਪਹਿਲੇ ਗੱਲ ਕੀਤੀ ਹੈ ਪੁੱਤਰਾਂ ਦੀਆਂ ਲਾਸ਼ਾਂ ਚਾ ਚਾ ਕੇ ਥੱਕਾ ਹੋਇਆ ਹੁਸੈਨ ਕਿਤਾਬ ਵਾਲਾ ਲਿਖਦੇ 1950 ਦੇ ਨਿਸ਼ਾਨ ਮੇਰੇ ਮੌਲਾ ਹੁਸੈਨ ਦੇ ਤਨ ਤੇ 1950 ਤੀਰਾਂ ਦੇ ਜ਼ਖਮਾਂ ਦਾ ਜ਼ਖਮੀ ਹੁਸੈਨ
ਕਰਬਲਾ ਦੇ ਮੈਦਾਨ ਵਿੱਚ ਜਿਹੜੇ ਵੇਲੇ ਰਾਵਾਰ ਦੀ ਜ਼ੀਨ ਅੱਲਾ ਦੀ ਕਾਇਨਾਤ ਦਾ ਇਹ ਵਾਹਿਦ ਜਾਨਵਰ ਹੈ ਜਿਹੜਾ ਆਪਣੇ ਕਦਮਾਂ ਤੇ 17 ਕਦਮ ਵਾਪਸ ਹੈ। ਉਮਤ ਮੈਨੂੰ ਕਲਮਾ ਸਿਖਾਵੇ ਮੈਂ ਦਾਰੈਨ ਕੁਰਬਾਨ ਕਰ ਆਪਣੀ ਜ਼ਬਾਨ ਵਿਚ ਹਿਕਾਰ ਮਾਰ ਕੇ ਆਦਾ ਹੈ ਮੇਰੀ ਜ਼ੀਨ ਘੋੜਾ ਤੇ ਭੁੱਲ ਵੈਸੀਆ ਸੁਗਰਾ ਅਕਬਰ ਕੋ ਜਿਹੜਾ ਵੇਖ ਸੀ ਤੇਡਾ ਹਾਲੇ ਉਹ ਤਾਂ ਚੁੰਮ ਚੁੰਮ ਰੋਸੀ ਤੇਰੇ ਜ਼ਖਮਾਂ ਕੋ ਅੱਤਾ ਖੋਲ ਕੇ ਸਾਦੇ ਵਾਲੇ ਲਾਸ਼ਾਂ ਤੇ ਘੋੜੇ ਕਾਇਨਾਤ ਬਹੁਤ ਵੱਡਾ ਮਜ਼ਲੂਮ ਹੈ ਮੇਰਾ ਮੌਲਾ ਕਾਇਨਾਤ ਕੋਈ ਬਹੁਤ ਵੱਡਾ ਗਰੀਬ ਹੈ ਕਿਸੇ ਪਾਸੋ ਅਲੀ ਅਕਬਰ ਦੀ ਕਿਸੇ ਪਾਸੋਂ ਮੁਹੰਮਦ ਦੀ ਲਾਸ਼ ਦੇ ਵਾਰਸ ਆ ਗਏ ਕਿਸੇ ਪਾਸੋਂ ਸ਼ਹਿਜ਼ਾਦਾ ਕਾਸਮ ਦੀ ਲਾਸ਼ ਦੇ ਵਾਰਸ ਆ ਗਏ ਮੇਰੀ ਗੱਲ ਇਸ ਇਲਾਕੇ ਦੇ ਸਾਦਾਤ ਵਗੈਰੇ ਸਾਦਾਤ ਲਾਸ਼ਾਂ ਚਵੀਂਦੀਆਂ ਰਹੀਆਂ ਤੇ ਵਾਰਸ ਬਣਦੇ ਰਹੇ ਸਰੇ ਮਕਤਲ ਦੋ ਲਾਸ਼ਾਂ ਬਚੀਆਂ ਜਿਨ੍ਹਾਂ ਦਾ ਕਰਬਲਾ ਵਾਰਸ ਜਿਨ੍ਹਾਂ ਦਾ ਕਰਬਲਾ ਵਾਰਸ ਕੋਈ ਨਹੀਂ ਬਣਿਆ ਇੱਕ ਰੁਬਾਬ ਦਾ ਅਲੀ ਅਸਗਰ ਦਾ ਹੁਸੈਨ ਜਿਹਦੀ ਮਾਂ ਚੱਕੀਆਂ ਪੀ ਪੀ ਕੇ ਪਲੈਂਦੀ ਰਹੀਏ ਮੈਂ ਤਾਂ ਰਹਿਮ ਕੁਰਬਾਨ ਕਰ ਦੇਵਾਂ ਮੌਲਾ ਤੇਰੀ ਗੁਰਬਤ ਨੂੰ ਜਿੱਦਾਂ ਤੀਰ ਲੱਗੇ ਮੇਰੇ ਇਮਾਮ ਨੂੰ ਰਿਵਾਇਤ ਅਲ ਲਿਖਦਾ ਹੈ ਕਿ 4000 ਬੰਦੇ ਉਮਰ ਇਬਨੇ ਸਾਦ ਦੇ ਹੱਥ ਵਿੱਚ ਲੱਖ ਤੀਰ ਮਾਰੇ ਤੀਰ ਇਤਨੇ ਲੱਗੇ ਮੇਰੇ ਇਮਾਮ ਨੂੰ ਮੈਂ ਅਲਾਮਾ ਹੁਸੈਨ ਬਖਸ਼ ਜਾਣਾ ਦਾ ਜੁਮਲਾ ਪੜਨ ਲੱਗਾ ਉਹ ਫਰਮਾਉਂਦੇ ਹੁੰਦੇ ਆ ਇਤਨੇ ਤੀਰ ਮੇਰੇ ਮਜ਼ਲੂਮ ਇਮਾਮ ਨੂੰ ਲੱਗੇ ਜੋ ਇਮਾਮ ਤੋਂ ਜ਼ੀਨ ਛੁੱਟ ਗਈ ਤੇ 53 ਮਿੰਟ ਇਮਾਮ ਤੀਰਾਂ ਤੇ ਰਹੇ ਨਾ ਜ਼ੀਨ ਤੇ ਹਾਂ ਨਾ ਜ਼ਮੀਨ ਤੇ ਹਾਂ ਫਿਰ ਉਹ ਫੈ ਵੇਖਣ ਨਾਲ ਜੁਲਾ ਜਿਤਨੇ ਜ਼ਦਾਦ ਮੇਰੇ ਮੌਲਾ ਦੇ ਇੱਕ ਨਾਜ਼ਾ ਮੇਰੇ ਵਾਲੇ ਪਾਸੇ ਵੇਖਣਾ ਤੁਸੀਂ ਰਾਜ ਮਾਤਮ ਕਰਸੋ ਉਹਨਾਂ ਫਰਮਾਇਆ ਫਿਰ ਜੂ ਜੂ ਤੀਰਾਂ ਨੂੰ ਰਾਹ ਲੱਭਦਾ ਗਿਆ ਮੈਂ ਦਾ ਰਹਿਮ ਕੁਰਬਾਨ ਕਰ ਦੇਵਾਂ ਅਕਬਰ ਦੇ ਬਾਬੇ ਦਾ ਤਨ ਜ਼ਮੀਨ ਤੇ ਆਂਦਾ ਗਿਆ ਮੇਰੇ ਇਮਾਮ ਦਾ ਸਰ ਵੀ ਹਲਦਾ ਰਿਹਾ ਹੱਥ ਵੀ ਹਲਦੇ ਰਹੇ ਕੋਈ ਬਹੁਤ ਵੱਡਾ ਬੇਗੈਰਤ ਆਈ ਜਿਸ ਐਲਾਨ ਕਰਕੇ ਆਖਿਆ ਪਤਾ ਕਰੋ ਜਿੰਦਾ ਜਾਂ ਮਰ ਗਿਆ ਨੌਲ ਜਰਨੈਲ ਤੇ ਹੀ ਕਹਦਾ ਮੈਂ ਹੁਣੇ ਪਤਾ ਕਰਾਂ ਦੇਣਾ ਹੁਸੈਨ ਜਿੰਦਾ ਜਾਂ ਮਰ ਗਿਆ ਉੱਚੇ ਦੇ ਟਿੱਬੇ ਤੇ ਖਲੋ ਕੇ ਆਦਾ ਹੈ ਲੁੱਟ ਲਓ ਅਲੀ ਦੀਆਂ ਧੀਆਂ ਦੀਆਂ ਚਾਦਰਾਂ ਮੌਲਾ ਦੀ ਸ਼ਹਾਦਤ ਐਸੀ ਹੈ ਜਿਹੜੀ ਹਰ ਜਗ੍ਹਾ ਤੇ ਪੜੀ ਨਹੀਂ ਜਾ ਸਕਦੀ ਚਲੋ ਮੈਂ ਇੱਕ ਜੁਮਲਾ ਪੜ ਜਾਂਦਾ ਤੁਸੀਂ ਅੱਜ ਦਿਨ ਤਾਂ ਸੋਇਆ ਸ਼ੀਆ ਕੌਮ ਤੇ ਇਤਰਾਜ਼ ਲੱਗਾ ਕਿ ਜੀ ਰੋਂਦੇ ਨੇ ਆਪਣੇ ਧੀਆਂ ਤੇ ਭੈਣਾਂ ਨੂੰ ਨਾਰਾ ਲਾ ਕੇ ਬੱਚਿਆਂ ਨੂੰ ਨਾਰਾ ਲਾ ਕੇ ਮਾਤਮ ਕਰਦੇ ਨੇ ਮਤਲਬ ਹੈ ਕਰਬਲਾ ਦੇ ਆਖਰੀ ਸਜਦੇ ਦੀ ਕਸਮ ਹੈ ਇਹ ਮਾਤਮ ਸਭ ਤੋਂ ਇਹ ਰੋਣਾ ਸਭ ਤੋਂ ਵੱਡੀ ਇਬਾਦਤ ਇਤਨੀ ਵੱਡੀ ਇਬਾਦਤ
کہ علماء نے خود لکھے ہے کہ تواڈا آنسو رخسار تک نہیں آندا تے حسین دی ماں رومال لے کے آ جاندی کیوں کیونکہ کائنات دا وڈا مظلوم ہے بنا ہائے اور او جتنا وڈا مظلوم ہے اس دے غم وچ رونا اتنا ہی وڈا ثواب ہے اج دن تائیں تساں سنیا اے مظلومیت دیکھو کہ سارے راہ سر سانگ تے ریا سارے راہ سر سانگ تے ریا زاکرین پڑھتے رہے علماء پڑھتے رہے کدی علی دیاں دھیاں دے سامنے علی اکبر دے سر دی سانگ آ گئی کدی میرے مولا حسین دے سر دی سانگ آ گئی اے تاں ہر کسے نوں پتہ جو جناب عباس دا سر رہی گھوڑے دی گردن نال میں وضاحت نہیں کرنا چاہتا مگر اج جتنے سادات و گہرے سادات و میں درد دی گل کردا جڑا بندہ مجلس وچ کدی نہیں روندا جڑا مدال دے بھائی مینوں مجلس وچ رون نہیں آندا میں اس بندے دے سامنے منبر دی عظمت دی قسم ہے میرے مولا حسین دے جسم وچ کپ کپی تاری ہو گئی تے جناب فضا نو نار رلا کے بس میرے حصے دی مجلس ہو گئی تسی ایک لازا سائی کر لو تے تسی علی دی دھیاں نو مکان دینی ہے جناب فضا نو نار رلا کے انا میری سن زینب علیہ بڑا آکھیا سکینہ گھوڑے دے نال گھوڑا انسان دے نال انسان کیویں لبسے بابے دوں تو بی بی آکھیا اماں 19 ماہ رمضان تیرے بابے علی نو کتنی ضربہ لگیاں میری سن زینب علیہ فرمایا ہک جناب سکینہ آکھیا اماں او مارن والے کتنے ہائے فرمایا ہک بی بی رو کے آدھی ہے اماں پھر تسی ترے وے بہنا گھر چھوڑ کے مسجد والے پاسے کیوں گئے بی بی آدھی کیوں نہ بجا ہاں میرے بابے نو جو ضرب لگی آئی بی بی آدھی ہے اماں گل مک گئی ہے تیرے بابے نو ضرب ہک لگی آئی مارن والا وی ہک ہاں کہ تسی ترے وے بہنا گھر چھوڑ کے مسجد والے پاسے دوڑیاں ہو اماں میں ادوں پی ویندیاں جے کو 9 لاکھ پیا مرے زیارت نہیں اج تیرا 12واں فرمیندا ہے میرا اصل جڑا اج وی اکھاں نوں حسین دی غربت تے رونا میرا سردار ہر بندے دے وس دی گل نہیں ریاکار دنیا ہے ہر بندے دے وس دی گل نہیں حسین بادشاہ دی غربت تے رونا غربت تے رو گیا میرا مولا سجاد جڑا 40 سال اکھاں چوں خون روندا رہیا اور آج بھی تیرا 12واں اکھاں چوں خون روندا ہے اس غربت دی وجہ تیرا 12واں زیارت نائیت فرمیندا ہے میرا سلام ہوئے شام دی اس قیدن دا جس اپنی اکھاں دے سامنے اپنے پیو دی شاہ رب کٹی دی اپنے پیو دے قتل دی چشم دی گواہ دی اماں میرا بابا کوئی عام نہیں اماں میں آواز دیسا جتھے ہویا میرا بابا بولے سی اماں میرا بابا جنت دا سردار ہے اماں میرا بابا نبیاں دا مشکل کشا ہے اماں میرا بابا کائنات دا بادشاہ ہے ایک کنات ہے اس کنات دے پچھے 80 یا 85 سال دا ایک بڑڑا سفید جس دی داڑی میری سین قریب آ کے آدھی یا شیخ ال رائے تا ابھی کدائی میرا بابا ڈٹھائی آدھے من انتے تو کون ہے بی بی آدھیا نا سکینہ تو بنت الحسین کہ اسے دی دیا جے کو 9 لاکھ پیا کریں گے میری تمہیر مکمل ہے میں بہن پہلے دی ابتدا کرن لگا بہن تو پہلے میں تو ساریاں دی منت کرتا جواب ہائے نال دینا تو ہم بطول پاک دے ترٹے پاسے دی قسم ہے میں نو ہی کل دا جواب چلے ہو ایس تو اڈی مجلس دی اندر اگر کسی دی 4 سال دی دھی آئی ہوئے مجلس ختم ہون تو بعد ایس دروازے دی آگے دروازے تے آ کے آکھے کہ اج میں حسین دا قتل سنن آئی ہاں میرا بابا مینوں نہیں پیا لبدا تہاڈا مظلوم ہے کربلا دے آخری سجدے دی قسم اے میں ہائے نال جواب چڈیا میں دسو تسی اس نوں تماچے مرے سو کوئی اکسی میں تیڈا بابا میں تیڈا چاچا جتنی دیر تیڈا بابا نہیں ملتا تینوں بابا ملاواں جڑا
ਉਹਨੇ ਵੇਲੇ ਬੀਬੀ ਆਖਿਆ ਮੈਂ ਹੁਸੈਨ ਦੀ ਧੀ ਆ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਇਜ਼ਹਾਰਾ।